ਕਿ ਇੱਕ ਕਾਤਲ ਡਰਦਾ ਹੋਇਆ ਚੌਂਕੀਦਾਰਾਂ ਤੋਂ ਆਪਦੀ ਗੱਡੀ 'ਚ ਲੁੱਕ ਕੇ ਵਾਪਸ ਮੁੜਦਾ ਹੈ। ਜੇ ਇੱਦਾਂ ਹੀ ਸੂਰਮਾ ਸੀ ਅੱਜ ਹਜ਼ਾਰੂ ਲੋਕਾਂ ਦੇ ਜਵਾਬ ਦਿੰਦਾ। ਕੋਈ ਗੱਲ ਨਹੀਂ, ਪਿੰਡਾਂ 'ਚ ਆ ਜਾਂਦੇ ਵੋਟਾਂ ਤਾਂ ਪਿੰਡਾਂ 'ਚੋਂ ਮਿਲਦੀਆਂ ਇਹਨਾਂ ਨੂੰ। ਹੁਣ ਇਹਨਾਂ ਦੀ ਭੁਰਦੀ ਆ, ਸਾਡਾ ਕੋਈ ਨਹੀਂ। ਅਸੀਂ ਦਿਨ ਭੋ ਰਾਤ ਵਿਹਲੇ ਹਾਂ, ਅਸੀਂ ਇਸੇ ਕੰਮ 'ਤੇ ਲੱਗੇ ਹਾਂ। ਜਿੱਥੇ ਆਊਗਾ ਉਹਦਾ ਠੋਕ ਕੇ ਵਿਰੋਧ ਕਰਾਂਗੇ। ਹੰਸਰਾਜ ਦਾ ਬਿਆਨ ਆਇਆ ਤਾਂ ਸਾਨੂੰ ਜਨਾਨੀ ਸਮਝਦੇ ਆ 2 ਮਹੀਨਿਆਂ 'ਚ, ਅਤੇ ਤੁਸੀਂ 75 ਸਾਲ ਪੰਜਾਬ ਨੂੰ ਲੁੱਟਿਆ, ਘਾਣ ਕੀਤਾ, ਪੰਜਾਬ ਨੂੰ ਕੁੱਟਿਆ ਹੈ, ਅਤੇ ਸਾਡਾ ਹੱਕ ਨਹੀਂ, ਅਸੀਂ ਸਵਾਲਾਂ ਦੇ ਜਵਾਬ ਨਹੀਂ ਮੰਗ ਸਕਦੇ। ਸਾਡੇ ਲੋਕਾਂ ਨੂੰ ਇਹ ਹਿਸਾਬ ਦੇਣ, ਹੁਣ ਉਹ ਦੇਣ 700 ਕਿਸਾਨਾਂ ਦਾ ਦੇਣ, ਜਿਹੜੇ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀ, MSP ਦੇ ਵਾਅਦੇ ਕੀਤੇ ਸੀ। ਕਿ ਇਹਨਾਂ ਕਾਤਲਾਂ ਨੂੰ ਇਹਨਾਂ ਨੇ ਭਗਤ ਬਣੇ ਦੇ, ਉਹ ਜੁਹਾਰੂ ਲੋਕਾਂ ਨੇ ਜਾਂ ਬਾਹਰਲੇ ਸਾਡੇ ਕਿਸਾਨਾਂ ਨੇ ਭਗਤੋਂ ਦੀ ਧਰਤੀ 'ਤੇ ਪੈਰ ਨਹੀਂ ਪਾਉਣ ਦਿੱਤਾ ਉਸ ਵੱਡੇ ਸੂਰਮੇ ਨੂੰ, ਉਸ ਕਾਤਲ ਨੂੰ। ਉਹ ਪਏ ਕੇ ਗੱਡੀ ਦੇ ਵਿੱਚ, ਸਾਨੂੰ ਪਤਾ ਲੱਗਿਆ ਵੀ ਪਏ ਕੇ ਗੱਡੀ ਦੇ ਵਿੱਚ ਲੰਘ ਗਿਆ। ਜੇ ਪਏ ਕੇ ਗੱਡੀ ਦੇ ਵਿੱਚ ਲੰਘਣਾ ਇਸ ਤਰ੍ਹਾਂ, ਹਜੇ ਤਾਂ ਪਿੰਡਾਂ ਦੇ ਵਿੱਚ ਜਾਣਾ। ਕੀ ਕਹੋਗੇ ਕਿ ਹੰਸਰਾਜ ਹੰਸ ਪਹੁੰਚ ਰਹੇ ਸੀ ਪਰ ਆਏ ਨਹੀਂ? ਮੈਂ ਤਾਂ ਤੁਹਾਨੂੰ 2-3 ਗੱਲਾਂ ਰੱਖੂੰਗਾ, ਐਮ ਦੂਜੇ ਸਾਥੀ ਰੱਖ ਦੇਣਗੇ ਵੰਡਮੀਆਂ। ਜਿਹੜੀ ਸਾਡੇ ਬੰਦਿਆਂ ਨੇ ਗੱਲ ਸੁਣੀ ਇੱਥੋਂ ਦੇ ਪ੍ਰਸ਼ਾਸਨ ਦੀ, ਉਹਦੇ 'ਤੇ ਇੱਕ ਮੈਨੂੰ, ਇੱਕ ਛਿੰਦਾ ਸਿੰਘ ਦਲਸਿਓ ਵਾਲੇ ਨੂੰ, ਇੱਕ ਹਰਪ੍ਰੀਤ ਨੂੰ, ਇੱਕ ਰਬੰਸ ਨੂੰ। ਉਹ ਕਹਿੰਦੇ ਸੀ ਇਹਨਾਂ ਨੂੰ 4 ਨੂੰ ਅਸੀਂ ਰੈਸਟ ਕਰਨਾ। ਜਦੋਂ ਉਹਨਾਂ ਨੇ ਕਿਹਾ ਵੀ ਤੁਹਾਨੂੰ 4 ਬੰਦਿਆਂ ਨੂੰ ਅਸੀਂ ਮਿਲਾ ਦਿੰਦੇ ਹਾਂ, ਉਹ ਕਹਿੰਦੇ ਇਹਨਾਂ ਨੂੰ ਚੱਕ ਲਓ, ਮੈਨੂੰ ਪਤਾ ਸੀ ਵੀ ਸਾਨੂੰ ਰੈਸਟ ਕਰਨਗੇ ਵੀ ਅੰਦਰ ਲਿਜਾ ਕੇ ਭੁਲੇਖੇ ਦੇ ਨਾਲ, ਅਤੇ ਵੀ ਹੰਸਰਾਜ ਟੱਪ ਗਿਆ ਵੀ ਸਾਨੂੰ ਇਹਨਾਂ ਨੇ ਕਿਹੜੀ ਮੁਲਾਕਾਤਾਂ ਕਰਾਉਣਗੀਆਂ, ਅੱਜ ਤੱਕ ਕਿੰਨੀਆਂ ਕੁ ਹੋ ਗਈਆਂ ਹੋਰਾਂ ਨਾਲ ਜਿਹੜੀ ਸਾਡੇ ਨਾਲ ਇਹ ਕਰਾਉਣਗੇ, ਸਾਨੂੰ ਪਤਾ ਸੀ। ਅਤੇ ਇਹੀ ਪ੍ਰਸ਼ਾਸਨ ਦਾ ਰਵੱਈਆ ਸੀ ਵੀ ਇਹ 4 ਬੰਦਿਆਂ ਨੂੰ ਜਿਵੇਂ ਵੀ ਕਿਸਾਨ ਪਾਸੇ ਹੁੰਦੇ ਇਹਨਾਂ ਨੂੰ ਆਪਾਂ ਚੱਕ ਕੇ ਰੈਸਟ ਪਾਓ, ਇਹਨਾਂ ਦੀ ਗੱਡੀ ਸੱਟੋ। ਇਹ ਹਾਲਾਤ ਆ ਅੱਜ ਪੰਜਾਬ ਸਰਕਾਰ ਦੇ। ਤੁਸੀਂ ਹੁਣ ਲੋਕਾਂ ਨੂੰ ਮੈਂ ਯਾਦ ਹਾਂ ਵੀ BJP ਦੀ ਭਗਵੰਤ ਮਾਨ ਪਿੱਠ 'ਤੇ ਖੜਾ, ਅਜੇ ਕੋਈ ਸ਼ੱਕ ਹੈ ਯਾਰ? ਜਿਹੜਾ ਆਦਾ ਸੀ, ਮੈਂ ਆਮ ਕਿਸਾਨਾਂ ਦਾ ਮੁੰਡਾ ਹਾਂ ਮਨਿੰਦਰ ਜੱਸ, ਤੁਸੀਂ ਇਹ ਤਾਂ ਸਮਝਦੇ ਹੋ। ਉੱਥੇ 0 FRI 0 ਕਰਦਾ ਇਹ, ਅਤੇ ਕਿਸੇ 'ਤੇ ਕੁਛ ਲਿਖ ਲਿਆ ਉਸ ਖੰਡੌਰੀ ਜਿਹੜੇ ਸਿੰਘੂ 'ਤੇ ਬੈਠੇ ਆ, ਅਤੇ ਅੱਜ BJP ਦੀ ਪਿੱਠ 'ਤੇ ਖੜਾ, ਇੱਕੋ ਥਾਲੀ ਦੇ ਚੱਟੇ ਵੱਟੇ ਆ। ਅੱਜ ਆਹ ਹਾਲਾਤ ਹੈ, ਸਾਡੇ ਹੁੱਜਾਂ ਮਾਰੀਆਂ ਗੂੰਜੀਆਂ ਢਿੱਡ ਦੇ ਵਿੱਚ ਵੱਜੀਆਂ ਮੇਰੇ, ਠੀਕ ਹੈ? ਅੱਜ ਆਹ ਹਾਲਾਤ ਆ, ਉਹਦਾ ਪ੍ਰਸ਼ਾਸਨ ਇਹ ਕਹਿ ਰਿਹਾ ਵੋਟਾਂ ਦੇ ਦਿਨਾਂ 'ਚ ਵੀਰ ਮੇਰੇ, ਉਹ ਵੋਟਾਂ ਦੇ ਦਿਨਾਂ 'ਚ। ਅਤੇ ਕੱਲ੍ਹ ਭਗਵਾਨ ਉਹਦਾ ਹੰਸਰਾਜ ਦਾ ਬਿਆਨ ਆਇਆ ਤਾਂ ਸਾਨੂੰ ਜਨਾਨੀ ਸਮਝਦੇ ਆ 2 ਮਹੀਨਿਆਂ 'ਚ, ਅਤੇ ਤੁਸੀਂ 75 ਸਾਲ ਪੰਜਾਬ ਨੂੰ ਲੁੱਟਿਆ, ਘਾਣ ਕੀਤਾ, ਪੰਜਾਬ ਨੂੰ ਕੁੱਟਿਆ ਹੈ, ਅਤੇ ਸਾਡਾ ਹੱਕ ਨਹੀਂ, ਅਸੀਂ ਸਵਾਲਾਂ ਦੇ ਜਵਾਬ ਨਹੀਂ ਮੰਗ ਸਕਦੇ। ਅਤੇ ਆਹ ਹਾਲਾਤ ਆ ਪੰਜਾਬ ਸਰਕਾਰ ਦੇ ਵੀ ਆ 4 ਆਗੂਆਂ ਨੂੰ ਤੁਸੀਂ ਰੈਸਟ ਕਰ ਲਓ, ਬਾਕੀ ਆ ਸਾਥੀ ਗੱਲਾਂ ਵੰਡਮੀਆਂ ਰੱਖ ਦੇਣਗੇ। ਕੀ ਕਹਿਣਾ ਚਾਹੋਗੇ ਜਿਹੜੀ ਇਹ ਗੱਲ ਕਹਿ ਰਹੇ ਆ ਹੰਸਰਾਜ ਹੰਸ ਦੇ ਮੁੜਨ ਨੂੰ ਲੈ ਕੇ? ਵੇਖੋ ਜੀ, ਜੇ ਉਹ ਮੁੜ ਗਿਆ ਸਾਡੀ ਕਿਸਾਨਾਂ ਦੀ ਜਿੱਤ ਹੈ। ਉਹ ਪਏ ਕੇ ਗੱਡੀ ਦੇ ਵਿੱਚ, ਸਾਨੂੰ ਪਤਾ ਲੱਗਿਆ ਵੀ ਪਏ ਕੇ ਗੱਡੀ ਦੇ ਵਿੱਚ ਲੰਘ ਗਿਆ। ਜੇ ਪਏ ਕੇ ਗੱਡੀ ਦੇ ਵਿੱਚ ਲੰਘਣਾ ਇਸ ਤਰ੍ਹਾਂ, ਹਜੇ ਤਾਂ ਪਿੰਡਾਂ ਦੇ ਵਿੱਚ ਜਾਣਾ, ਪਿੰਡਾਂ ਦੇ ਵਿੱਚ ਕਿੰਨੀ ਕੁ ਫੋਰਸ ਲਾ ਲੈਣਗੇ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਪੰਜਾਬ ਦੀ ਪੁਲਿਸ ਹੈ। ਸ਼ਰੇਆਮ ਇਹਨਾਂ ਨੇ ਧੱਕਾ ਕੀਤਾ ਕਿਸਾਨਾਂ ਦੇ ਨਾਲ, ਉਹਨਾਂ ਨੂੰ ਕੱਢਣ ਦੇ ਵਿੱਚ ਪ੍ਰਸ਼ਾਸਨ ਪੂਰੀ ਜ਼ਿੰਮੇਵਾਰੀ ਨਿਭਾਈ ਹੈ ਇਹਨਾਂ ਨੇ। ਇਹ ਮੋਦੀ ਨੂੰ ਕਹਿੰਦੇ ਆ, ਜਿਹੜਾ ਭਗਵੰਤ ਮਾਨ ਕਹਿੰਦਾ ਵੀ ਮੋਦੀ ਸਰਕਾਰ ਦੇ ਉਲਟਮ ਹੈ, ਇਹ ਕਿਸਾਨਾਂ ਦੇ ਨਾਲ ਹੈ। ਪਰ ਅੱਜ ਤੋਂ ਪਤਾ ਲੱਗਦਾ ਵੀ ਇਹ ਪ੍ਰਸ਼ਾਸਨ ਜਿਵੇਂ ਇੱਥੇ ਸਾਡੇ ਨਾਲ ਇਹਨਾਂ ਨੇ ਕੀਤਾ, ਇਹ ਜਮਾਂ ਮੋਦੀ ਦੇ ਨਾਲ ਹੈ, ਉਹਨਾਂ ਦੀ B ਟੀਮ ਹੈ। ਅਤੇ ਜੇ ਹੁਣ ਪਏ ਕੇ ਨਿਕਲ ਗਿਆ ਤਾਂ ਗੱਡੀ 'ਚ ਪਏ ਕੇ ਵੋਟਾਂ ਤਾਂ ਨਹੀਂ ਇਹਨਾਂ ਨੂੰ ਮਿਲਣੀਆਂ, ਮਿਲਣੀਆਂ ਤਾਂ ਲੋਕਾਂ ਦੇ ਵਿੱਚੋਂ ਹੈ। ਇਹ ਜਿਹੜਾ ਇੱਥੇ ਲਾਹਾ ਲੈਣ ਆਏ ਸੀ, ਇਹਨਾਂ ਨੂੰ ਆਏ ਸੀ ਉਹ ਮੇਲਾ ਹੈਗਾ, ਬਹੁਤ ਵੱਡਾ ਮੇਲਾ, ਇੱਥੇ ਆ ਕੇ ਲੋਕਾਂ ਨੂੰ ਦਿਖਾਵਾਂਗੇ ਵੀ ਇੰਨੇ ਲੋਕ ਸਾਡੇ ਨਾਲ ਹੈ। ਪਰ ਨਹੀਂ, ਉਹ ਕਿਸਾਨਾਂ ਦੇ ਵਿਰੋਧ ਦੇ ਨਾਲ, ਕਿ ਉਹ BJP ਸਰਕਾਰ ਹੈ ਜਿਹੜੀ, ਇਹ ਕਿਸਾਨਾਂ ਦੀ ਕਾਤਲ ਸਰਕਾਰ ਹੈ, ਜੋ ਸਾਡਾ ਕਿਰਤੀ ਲੋਕ ਹੈ। ਇਹ ਕਿਰਤੀ ਲੋਕਾਂ ਦੀ ਤੁਸੀਂ ਦੇਖਿਆ ਮਨਿੰਦਰ ਜੀ, ਤਾਂ ਜਿਵੇਂ ਸਾਡੇ ਸ਼ਾਂਤਮਈ ਉੱਧਰ ਆਪਣੇ ਕਿਸਾਨ ਦਲੜੇ ਸੀਗੇ,
ਉਧਰ ਆਪਣੇ ਇਧਰ ਮਣੀਪੁਰ ਦੇ ਵਿੱਚ ਔਰਤਾਂ ਨੰਗੀਆਂ ਕਰਕੇ ਘੁਮਾਈਆਂ ਸੜਕ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਇੱਥੇ ਆ ਕੇ ਵੇਖੋ ਤੁਸੀਂ ਧੱਕਾ ਕਿਸਾਨਾਂ ਦੇ ਨਾਲ ਇੰਨਾ ਵਿਤਕਰਾ ਕਰ ਰਹੀ ਹੈ। ਤਰਨ ਤਾਰਨ ਦੇ ਵਿੱਚ ਇੱਕ ਔਰਤ ਨੂੰ ਨੰਗੀ ਕਰਕੇ ਘੁਮਾਇਆ ਗਿਆ, ਉੱਥੇ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਇਸ ਕਰਕੇ ਜੋ ਕਿਸਾਨਾਂ ਦਾ ਵਿਰੋਧ ਹੈ ਇਹ ਬੀਜੇਪੀ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ ਸਮੇਂ 'ਚ ਝੱਲਣ ਨੂੰ ਤਿਆਰ ਰਹੇ। ਇਹ ਜਿਹੜੇ ਕਿਸਾਨਾਂ ਦੇ ਸਵਾਲ ਹੈ ਇਹਨਾਂ ਨੂੰ ਜਵਾਬ ਦੇਣਾ ਪਊ। ਕੋਈ ਗੱਲ ਨਹੀਂ, ਪਿੰਡਾਂ 'ਚ ਆ ਜਾਂਦੇ ਵੋਟਾਂ ਤਾਂ ਪਿੰਡਾਂ 'ਚੋਂ ਮਿਲਦੀਆਂ ਇਹਨਾਂ ਨੂੰ। ਹੁਣ ਇਹਨਾਂ ਦੀ ਭੁਰਦੀ ਆ, ਸਾਡਾ ਕੋਈ ਨਹੀਂ, ਅਸੀਂ ਦਿਨ ਭੋ ਰਾਤ ਵਿਹਲੇ ਹਾਂ, ਅਸੀਂ ਇਸੇ ਕੰਮ 'ਤੇ ਲੱਗੇ ਹਾਂ, ਜਿੱਥੇ ਆਊਗਾ ਉਹਦਾ ਠੋਕ ਕੇ ਵਿਰੋਧ ਕਰਾਂਗੇ। ਕਿਵੇਂ ਦੇਖਦੇ ਹੋ ਮਤਲਬ ਜਿਹੜਾ ਅੱਜ? ਹਾਂ, ਇਸ ਕਰਕੇ ਬਹੁਤ ਮਾਣ ਨਾਲ ਕਹਿੰਦੇ ਹਾਂ ਕਿ ਸਾਡੀ 18 ਸ਼ਹੀਦਾਂ ਦੀ ਯਾਦਗਾਰ ਦਾ ਲਾਲ ਫਰੇਰਾ ਅੱਜ ਸਾਡੇ 'ਤੇ ਖੁਸ਼ੀ 'ਚ ਝੂਮ ਰਿਹਾ ਕਿ ਇਹਨਾਂ ਕਾਤਲਾਂ ਨੂੰ ਇਹਨਾਂ ਨੇ ਭਗਤਵਾਨੀ ਦੇ ਉਹ ਜੁਝਾਰੂ ਲੋਕਾਂ ਨੇ ਜਾਂ ਬਾਹਰਲੇ ਸਾਡੇ ਕਿਸਾਨਾਂ ਨੇ ਭਗਤਵਾਨ ਦੀ ਧਰਤੀ 'ਤੇ ਪੈਰ ਨਹੀਂ ਪਾਉਣ ਦਿੱਤਾ। ਉਸ ਵੱਡੇ ਸੂਰਮੇ ਨੂੰ, ਉਸ ਕਾਤਲ ਨੂੰ ਸਾਡੇ ਪੁਲ ਤੋਂ ਵਾਪਸ ਕੀਤਾ ਉਸ ਲਾਲ ਫਰੇਰੇ ਦੇ ਵਾਰਸਾਂ ਨੇ। ਅਤੇ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਵਾਰਸ ਹੈ, ਜਿਹੜੀ 13 ਮਹੀਨੇ ਦਿੱਲੀ ਦੇ ਵਿੱਚ ਲੈਟਰਿਨ ਦਾ ਪਾਣੀ ਪ੍ਰਬੰਧ ਕਰਦੀ ਧਰਨਾ 'ਚ ਬਹਿੰਦੀ ਸੀ ਕਿ ਮੋਦੀ ਸਰਕਾਰ ਲੋਕਾਂ ਦੀ ਕਾਤਲ ਹੈ, ਅੱਜ ਇੱਥੋਂ ਦੇ ਪ੍ਰਸ਼ਾਸਨ ਨੇ, ਇੱਥੋਂ ਦੇ ਹਲਕੇ ਦੇ ਆਗੂਆਂ ਨੇ ਆਪਦਿਆਂ ਨੇ ਇਹ ਸਿੱਧ ਕਰਤਾ ਵੀ ਅਸੀਂ ਲੋਕਾਂ ਦੇ ਨਹੀਂ, ਅਸੀਂ ਭਾਜਪਾ ਦੀ ਬੀ ਟੀਮ ਹੈ ਜਿਹੜੀ ਆਰਐਸਐਸ ਦੀ ਡਿਊਟੀ ਲਾਈ ਹੋਈ ਜਿਹੜੀ ਨੇ ਉਹ ਸਿੱਧ ਕਰਤਾ। ਅਤੇ ਅਸੀਂ ਪੰਜਾਬ ਦੇ ਲੋਕਾਂ ਨੂੰ, ਕਿਸਾਨ ਜਥੇਬੰਦੀਆਂ ਲੋਕਾਂ ਨੂੰ ਪਿੰਡ ਭਗਤਵਾਨ ਦੇ ਤੌਰ 'ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿ ਜਿਨ੍ਹਾਂ ਨੇ ਭਗਤਵਾਨ ਦੀ ਧਰਤੀ 'ਤੇ ਉਹ ਜੁਝਾਰੂ ਸਾਥੀ ਜਿਹੜੇ 18 ਸ਼ਹੀਦ ਹੋਏ ਹੈ ਉਹਨਾਂ ਦੀਆਂ ਲੋਥਾਂ 'ਤੇ ਉਸ ਕਾਤਲ ਨੂੰ ਨਹੀਂ ਲੰਘਣ ਦਿੱਤਾ। ਅਤੇ ਅਸੀਂ ਮਾਣ ਨਾਲ ਸਿਰ ਉੱਚਾ ਚੱਕ ਕੇ ਤੁਰਾਂਗੇ ਕਿ ਇੱਕ ਕਾਤਲ ਡਰਦਾ ਹੋਇਆ ਚੌਂਕੀਦਾਰਾਂ ਤੋਂ ਆਪਦੀ ਗੱਡੀ 'ਚ ਲੁੱਕ ਕੇ ਵਾਪਸ ਮੁੜਦਾ, ਜੇ ਇੱਦਾਂ ਹੀ ਸੂਰਮਾ ਸੀ ਅੱਜ ਜੁਝਾਰੂ ਲੋਕਾਂ ਦੇ ਜਵਾਬ ਦਿੰਦਾ, ਉਹ ਸਾਡੇ 800 ਕਾਤਲ ਜਿਹੜੇ ਸਾਡੇ ਕਿਸਾਨ ਮਰੇ ਹੈ ਉਹਨਾਂ ਦਾ ਜਵਾਬ ਦਿੰਦਾ, ਸ਼ੁਭਦੀਪ ਦੀਆਂ ਗੋਲੀਆਂ ਮਾਰਨ ਵਾਲੀਆਂ ਗੱਲਾਂ ਦਾ ਜਵਾਬ ਦਿੰਦਾ, ਮਣੀਪੁਰ ਦੇ ਲੋਕਾਂ 'ਚ ਕਤਲ ਪਾਏ ਹੈ ਉਹਨਾਂ ਦਾ ਜਵਾਬ ਦਿੰਦਾ, ਯੂਪੀ ਦੇ 'ਚ ਗੱਡੀਆਂ ਚਾੜਨ ਵਾਲੀ ਗੱਲ ਦਾ ਜਵਾਬ ਦਿੰਦਾ, ਉਸ ਗੱਲ ਦਾ ਵੀ ਜਵਾਬ ਦਿੰਦਾ ਜਿਹੜੀ ਵਿਹੁਣੀ ਦੀ ਗੱਲ ਕਰਦਾ ਪੱਤਰਕਾਰ ਅੱਗੇ ਆ ਕੇ। ਉਹਨੂੰ ਪਤਾ ਸੀ ਕਿ ਭਗਤਵਾਨੇ ਦੇ ਵਿੱਚ ਲੋਕ ਮਰ ਸਕਦੇ ਹੈ, ਲੋਕ ਕੱਟੇ ਜਾ ਸਕਦੇ ਹੈ, ਲੋਕ ਗ੍ਰਿਫਤਾਰ ਕੀਤੇ ਜਾ ਸਕਦੇ ਹੈ, ਪਰ ਇਹਨਾਂ ਹਾਕਮਾਂ ਦੇ ਅੱਗੇ ਝੁਕਦੇ ਨਹੀਂ, ਨਾ ਝੁਕੇ ਹੈ। ਅੱਜ ਸਾਡੇ ਲੋਕਾਂ ਨੇ ਉਹ ਗੱਲ ਦਾ ਮੋਹਰ ਲਾ ਦਿੱਤੀ ਕਿ ਅਸੀਂ ਭਗਤਵਾਨੀ ਦੀ ਧਰਤੀ 'ਤੇ ਇਹਨਾਂ ਹਾਕਮਾਂ ਨੂੰ, ਉਹਨਾਂ ਦੇ ਹਾਕਮਾਂ ਦੇ ਜੁੰਡੀਦਾਰਾਂ ਨੂੰ ਅਸੀਂ ਭਗਤਵਾਨੀ ਦੇ ਪੈਰ ਨਹੀਂ ਪਾਉਣ ਦੇਵਾਂਗੇ। ਮੈਂ ਆਪਣੇ ਪਿੰਡ ਤੌਰ 'ਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਾ ਅਤੇ ਪ੍ਰਣ ਕਰਦੇ ਹਾਂ ਕਿ ਅਸੀਂ ਮੋਦੀ ਦੇ ਜਿਹੜੇ ਇੱਥੇ ਜੁਝਾਰੂ ਲੋਕ ਬਣੇ ਫਿਰਦੇ ਆ, ਜਿਹੜੀਆਂ ਉਹਦੀਆਂ ਵੋਟਾਂ ਮੰਗਦੇ ਫਿਰਦੇ ਆ, ਕਾਤਲ ਟੋਲਿਆਂ ਨੂੰ ਪਿੰਡ ਦੀਆਂ ਸੱਥਾਂ 'ਚ ਨਹੀਂ ਵੜ ਦੇਵਾਂਗੇ। ਹੁਣ ਤਾਂ ਲੋਕ ਕੇ ਲੰਘ ਗਿਆ, ਇਹਨਾਂ ਪਿੰਡ ਦੀਆਂ ਸੱਥਾਂ 'ਚ ਬੋਲਣ ਆਉਣਾ, ਉਦੋਂ ਫਿਰ ਕੀ ਬਣ ਕੇ ਬੋਲੂਗਾ, ਕਿਆ ਦਮ ਖੌਟਾ ਲਾ ਕੇ ਬੈਠੂਗਾ। ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ, ਉਹਨਾਂ 'ਚ ਇੱਕ ਨਹੀਂ ਵੜਨ ਦੇਵਾਂਗੇ ਜਿੰਨਾ 'ਚ 18 ਸਾਡੇ ਕਿਸਾਨ 800 ਕਿਸਾਨਾਂ ਦਾ ਹਿਸਾਬ ਕਿਤਾਬ ਨਹੀਂ ਦਿੰਦੇ। ਯੂਪੀ ਦੇ ਕਿਸਾਨਾਂ ਦੇ ਜਾਂ ਗੱਡੀਆਂ ਚੜੀਆਂ ਉਸ ਬੰਦੇ ਨੂੰ ਗ੍ਰਿਫਤਾਰ ਨਹੀਂ ਕਰਦੇ, ਸ਼ੁਭਦੀਪ ਦੇ ਕਾਤਲ ਜਿਹੜਾ ਉੱਥੋਂ ਦੇ ਹਰਿਆਣੇ ਦੇ ਕਾਤਲ ਹੈ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ। ਅਸੀਂ ਆਪਣੇ ਸ਼ਹੀਦਾਂ ਦੇ ਇੱਕੋ ਹੀ ਗੱਲ ਕਰਦਾ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜੋ ਮਤਲਬ ਆਏ ਆਉਣ ਤੋਂ ਪਹਿਲਾਂ ਹੀ ਤੁਸੀਂ ਉਹਨਾਂ ਨੂੰ ਮਤਲਬ ਮੱਥਾ ਟੇਕਣਾ ਸੀ ਪਹਿਲਾਂ ਹੀ ਮੋੜ ਦਿੱਤਾ, ਕੀ ਲੱਗਦਾ? ਮੱਥਾ ਟੇਕਣ ਤੋਂ ਨਹੀਂ ਅਸੀਂ ਮੋੜਦੇ ਸੀ ਉਹਨੂੰ, ਮੱਥਾ ਗੁਰੂ ਘਰ ਆ ਕੇ ਟੇਕਦਾ, ਪਰ ਗੱਲ ਕੀ ਹੈ ਸਾਡੇ ਲੋਕਾਂ ਨੂੰ ਇਹ ਸਾਫ ਦੇਣ ਹੁਣ ਉਹ
ਦੇਣ 700 ਕਿਸਾਨਾਂ ਦਾ, ਦੇਣ ਜਿਹੜੇ ਮੋਦੀ ਸਰਕਾਰ ਨੇ ਵਾਅਦੇ ਕੀਤੇ ਸੀ, MSP ਦੇ ਵਾਅਦੇ ਕੀਤੇ ਸੀ, ਬਿਜਲੀ ਬੋਰਡ ਨੂੰ ਜਿਹੜਾ ਪ੍ਰਾਈਵੇਟ ਹੁੰਦਾ ਉਹਦਾ ਵਾਅਦਾ ਕੀਤਾ ਸੀ। ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਆਏ ਸੀ ਵੀ ਆਓ ਸਾਡੇ ਨਾਲ, ਸਾਡੀਆਂ ਗੱਲਾਂ ਦਾ ਜਵਾਬ ਦਿਓ ਤੁਸੀਂ। ਤੁਸੀਂ ਲੋਕਾਂ ਨੂੰ 75 ਸਾਲ ਦੇ ਯਾਰ ਬੁੱਧੂ ਬਣਾਈ ਜਾਂਦੇ ਆ, ਇਸ ਗੱਲ ਨੂੰ ਲੈ ਕੇ ਅਸੀਂ ਕੀਤਾ ਸੀ। ਪਰ ਇੱਕ ਸ਼ਾਨਦਾਰ ਜਿੱਤ ਹੋਈ ਹੈ ਕਿ ਇਸ ਭਗਤੂਆਣੇ ਦੀ ਧਰਤੀ 'ਤੇ ਫਿਰਕਾ ਪ੍ਰਸਤੀ ਵਿਰੋਧੀ ਲਹਿਰ ਦੇ ਵਿੱਚ ਜਿਹੜੇ ਸਾਡੇ 18 ਕਿਸਾਨ ਅਤੇ ਇੱਕ ਮਾਤਾ ਸ਼ਹੀਦ ਹੋਈ ਹੈ, ਮਜ਼ਦੂਰ ਸ਼ਹੀਦ ਹੋਇਆ, ਅੱਜ ਅਸੀਂ ਉਹਨਾਂ ਸ਼ਹੀਦਾਂ ਦੇ ਨਾਂ ਚਮਕਾ ਰਹੇ ਹਾਂ ਵੀ ਅਸੀਂ ਤੁਹਾਡੇ ਵਾਸਤੇ ਜਿਉਂਦੇ ਹਾਂ, ਅਸੀਂ ਭਗਤ ਸਿੰਘ ਦੇ ਵਾਸਤੇ ਜਿਉਂਦੇ ਹਾਂ, ਅਸੀਂ ਇੱਥੋਂ ਦੇ ਸਾਮਰਾਜੀ ਲਟੇਰਿਆਂ ਨੂੰ ਕਦੇ ਵੀ ਸਾਡੀ ਧਰਤੀ ਦੇ ਉੱਤੇ ਇਸ ਤਰ੍ਹਾਂ ਦੇ ਪੈਰ ਨਹੀਂ ਪਾਉਣ ਦਿੰਦੇ ਜਿਹੜੀਆਂ ਤੁਹਾਡੀਆਂ ਨੀਤੀਆਂ ਪਾਲਸੀਆਂ ਵੀ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਛ ਉਹਨਾਂ ਦੇ ਹਵਾਲੇ ਕੀਤਾ ਜਾਵੇ, ਇਹ ਕਦੇ ਨਹੀਂ ਹੋਊਗਾ। ਅਤੇ ਅਸੀਂ ਹਰ ਦਮ ਤੱਕ ਮਰਦੇ ਦਮ ਤੱਕ ਇਹਨਾਂ ਦੇ ਖਿਲਾਫ ਹੈ, ਜਿਹੜਾ ਸਾਡਾ ਸਿੰਘਾਸਣ ਦਾ ਝੰਡਾ ਉਹ ਝੂਲਦਾ ਰਹੂਗਾ। ਅਤੇ ਇਸ ਪ੍ਰਸ਼ਾਸਨ ਨੇ ਜਿਹਨੇ ਇਹ ਸੋਚਿਆ ਸੀ ਵੀ ਸ਼ਾਇਦ ਆਹ 4-5 ਆਗੂਆਂ ਨੂੰ ਗ੍ਰਿਫਤਾਰ ਕਰ ਲਓ, ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਅਤੇ ਆਹ ਦੂਜੇ ਕਿਸਾਨਾਂ ਨੇ ਕੁਛ ਨਹੀਂ ਕਰਨਾ, ਖਿੜ ਜਾਣਗੇ। ਪਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਭਗਤ ਸਿੰਘ ਦੇ ਪਿੱਛੋਂ ਕਿੰਨੀਆਂ ਲਹਿਰਾਂ ਉੱਠੀਆਂ ਨੇ, ਕਿੰਨੀਆਂ ਤੁਸੀਂ ਦਬਾਈਆਂ, ਅੰਗਰੇਜ਼ਾਂ ਨੇ ਦਬਾਈਆਂ, ਤੁਸੀਂ 75 ਸਾਲ ਦੇ ਦੋਂਦੇ ਆਏ ਹੋ, ਪਰ ਇਹ ਲਹਿਰਾਂ ਤਾਂ ਨੂੰ ਚੜ੍ਹਦੀਆਂ ਰਹਿਣੀਆਂ ਅਤੇ ਚੜ੍ਹਦੀਆਂ ਜਾਣਗੀਆਂ। ਤੁਸੀਂ 4 ਆਗੂਆਂ ਨੂੰ ਗ੍ਰਿਫਤਾਰ ਕਰਕੇ ਵੇਖ ਲੈਂਦੇ ਕਿ ਹੰਸਰਾਜ ਨਾਲ ਅਤੇ ਤੁਹਾਡੇ ਪ੍ਰਸ਼ਾਸਨ ਨਾਲ ਫਿਰ ਬਣਨਾ ਕੀ ਸੀ? ਹਾਂਜੀ, ਘਲਟ ਗਏ ਪੱਕੇ, ਜਾਣੀ ਕਿ ਮੋਰਚੇ ਜਿੱਤੇ, ਅਸੀਂ ਮੋਰਚੇ ਜਿੱਤੇ, ਅਸੀਂ ਇੱਥੋਂ ਤੱਕ ਆਏ ਹਾਂ, ਪਿੱਛੋਂ ਮੱਥਾ ਵੀ ਨਹੀਂ ਟੇਕਿਆ ਉਹਨੇ, ਗੱਡੀ 'ਚ ਪੈ ਗਿਆ ਬਾਈ ਉਹ ਆਪਦੀ 'ਚ। ਠੀਕ ਹੈ, ਅਸੀਂ ਇਹੀ ਕਰ ਸਕਦੇ ਸੀ, ਪ੍ਰਸ਼ਾਸਨ ਨੂੰ ਵੇਖਦੇ ਸੀ ਪਰਖ ਕੇ, ਹੁਣ ਪੰਜਾਬ ਸਰਕਾਰ ਲੋਕਾਂ ਹਿੱਤੀ ਹੈ, ਇਹੀ ਸਾਨੂੰ ਪਤਾ ਸੀ ਵੀ ਨਹੀਂ ਬੁਲਾਉਣਗੇ, ਨਹੀਂ ਸਾਹਮਣੇ ਆਊਗਾ, ਨਹੀਂ ਜਵਾਬ ਦੇਣਗੇ, ਸਾਨੂੰ ਇਹ ਚੀਜ਼ ਦਾ ਪਤਾ ਸੀ। ਅਸੀਂ ਆਪਦਾ ਕੰਮ ਕਿਉਂ ਵਿਸ਼ਵਾਸ ਕੀਤਾ, ਅਸੀਂ ਪ੍ਰਦਰਸ਼ਨ ਕੀਤਾ ਆਪਦਾ, ਇੱਥੇ ਆਏ ਨਹੀਂ, ਇੱਥੇ ਲੰਮਾ ਪੈ ਕੇ ਗੱਡੀ 'ਚ ਉੱਥੇ ਹੀ ਹੋ ਗਿਆ, ਯੂ ਟਰਨ ਲੈ ਗਿਆ। ਲੱਗਦਾ ਕਿਸਾਨਾਂ ਦਾ ਡਰ ਹੈ ਜਾਂ ਕੀ ਕਾਰਨ ਹੈ? ਹੁਣ ਇਹ ਤੁਸੀਂ ਦੇਖੋ ਵੀ ਆਹ ਹਾਲਾਤ ਅੱਜ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਅੱਜ ਇਹ ਲੋਕਾਂ ਤੋਂ ਭੱਜ ਰਹੇ ਆ, ਅਤੇ ਜਿੱਦੇ MP ਬਣ ਗਏ, ਜਿੱਦੇ MLA ਬਣ ਗਏ, ਜਿੱਦੇ ਮਿਨਿਸਟਰ ਬਣ ਗਏ, ਕੀ ਉਹਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ? ਲੋਕਾਂ 'ਚ ਆਉਣਗੇ, ਲੋਕਾਂ 'ਚ ਖੜਨਗੇ? ਇਹ ਬਹੁਤ ਵੱਡੀ ਗੱਲ ਹੈ।